ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਚੰਬੇਵਾਲ ਦੇ ਬੱਸ ਸਟੈਂਡ ਕੋਲ ਬਣੀਆਂ ਝੁੰਗੀਆਂ ਵਿੱਚ ਉਸ ਸਮੇਂ ਹਾਹਾਕਾਰ ਮੱਚ ਗਿਆ ਜਦੋਂ ਅਚਾਨਕ ਲੱਗੀ ਅੱਗ ਨੇ ਇੱਕ ਤੋਂ ਵੱਧ ਇੱਕ ਝੁੰਗੀ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਦੇਖਦਿਆਂ ਹੀ ਦੇਖਦਿਆਂ ਲਗਭਗ 250 ਦੇ ਕਰੀਬ ਝੁੰਗੀਆਂ ਸੜ ਕੇ ਸਵਾਹ ਹੋ ਗਈਆਂ, ਜਿਸ ਤੋਂ ਬਾਅਦ ਹੁਸ਼ਿਆਰਪੁਰ ਤੇ ਗੜਸ਼ੰਕਰ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ। ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਝੁੰਗੀਆਂ ਵਿੱਚ ਪਿਆ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ ਤੇ ਹੁਣ ਤੱਕ ਜਾਨੀ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਲੋਕਾਂ ਨੇ ਕਿਹਾ ਕਿ ਤੇਜ਼ ਹਵਾ ਦੇ ਚੱਲਦਿਆਂ ਅੱਗ ਦੀ ਚਿੰਗਾੜੀ ਨਾਲ ਅੱਗ ਲੱਗੀ ਸੀ। ਉਧਰ ਪੁਲਿਸ ਦਾ ਕਹਿਣਾ ਕਿ ਸਾਨੂੰ ਅੱਗ ਲੱਗਣ ਦੀ ਜਾਣਕਾਰੀ ਮਿਲੀ, ਜਿਸ ਦੇ ਚੱਲਦਿਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੂਚਿਤ ਕੀਤਾ ਗਿਆ। ਪੁਲਿਸ ਵੱਲੋਂ ਅੱਗ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹੁਸ਼ਿਆਰਪੁਰ ਤੋਂ ਅਸ਼ਵਨੀ ਕੁਮਾਰ ਦੀ ਰਿਪੋਰਟ। ਅੱਜ ਜੋ ਝੁੱਗੀਆਂ ਨੂੰ ਅੱਗ ਲੱਗੀ ਆ, ਤਕਰੀਬਨ 2 ਘੰਟੇ ਹੋ ਗਏ ਆ। SDM ਸਾਹਿਬ ਦਾ ਟੈਲੀਫੋਨ ਆਇਆ ਸੀਗਾ ਤਾਂ ਉਹਨੇ ਦੱਸਿਆ ਸੀ ਵੀ ਅਸੀਂ ਫਾਇਰ ਬ੍ਰਿਗੇਡ ਅਸੀਂ ਭੇਜ ਰਹੇ ਹਾਂ, ਇੱਥੇ ਇੱਕ ਗੱਡੀ ਫਾਇਰ ਬ੍ਰਿਗੇਡ ਦੀ ਆਈ ਆ, ਹੋਰ ਕੋਈ ਗੱਡੀ ਨਹੀਂ ਆਈ। ਇੱਥੇ ਤਕਰੀਬਨ ਝੁੱਗੀਆਂ ਜਿੰਨੀਆਂ ਵੀ ਸੀ ਕੋਈ ਵੀ ਝੁੱਗੀ ਬਚੀ ਨਹੀਂ, ਜੋ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇੱਥੇ। ਕੀ ਕਾਰਨ ਦਾ ਪਤਾ ਲੱਗਾ? ਕਾਰਨ ਦਾ ਬੱਚਿਆਂ ਦੇ ਜਿੱਦਾਂ ਕਿ ਕਦੇ ਲੱਗ ਜਾਂਦੀ ਮਾੜੀ ਮੋਟੀ ਹਵਾ ਚੱਲਦੀ ਸੀਗੀ, ਇਸ ਕਰਕੇ ਸਾਰੀਆਂ ਝੁੱਗੀਆਂ ਨੂੰ ਅੱਗ ਲੱਗ ਗਈ। ਕੋਈ ਜਾਨੀ ਨੁਕਸਾਨ ਅਜੇ ਤੱਕ ਨਹੀਂ ਹੋਇਆ। ਅਸੀਂ ਸਾਰਾ ਘੁੰਮਦੇ ਹਾਂ, ਪਤਾ ਸਤਾ ਕਰਦੇ ਹਾਂ ਅਤੇ ਅਜੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਵੈਸੇ ਝੁੱਗੀਆਂ ਦਾ ਸਾਰਿਆਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ, ਕੋਈ ਬਚਿਆ ਨਹੀਂ, ਕੋਈ ਵੀ ਝੁੱਗੀ ਬਚੀ ਨਹੀਂ। ਪ੍ਰਸ਼ਾਸਨ ਵੱਲੋਂ ਵੀ ਕੋਈ ਐਂਬੂਲੈਂਸ, ਇੱਕ ਐਂਬੂਲੈਂਸ ਹੈ ਜੋ ਆ ਉਹਦਾ ਪਾਣੀ ਮੁੱਕ ਗਿਆ, ਬਸ ਫੇਰ ਲੈਣ ਚੱਲ ਜਾਂਦੀ ਹੈ, ਕੋਈ ਵੀ ਝੁੱਗੀ ਬਚੀ ਨਹੀਂ ਇਸ ਵੇਲੇ। ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਕਿਤਨੀ ਝੁੱਗੀ ਸੀ ਜਹਾਂ? ਝੁੱਗੀ ਤਾਂ ਬਹੁਤ ਸੀ, 350 ਜ਼ਿਆਦਾ ਹੀ। ਸਭੀ ਸੜ ਗਈ ਹੈ? ਹਾਂਜੀ। ਕੋਈ ਜਾਨੀ ਨੁਕਸਾਨ? ਹਾਂ, ਨੁਕਸਾਨ ਸਭ ਬੱਚੇ ਅੱਛੇ ਸਭ ਨਿਕਾਲੀ ਤੇ ਵੈਸੇ ਬਚਾ ਆਏ ਨਾ? ਹਾਂ ਬੱਚੇ ਬਚ ਗਏ, ਖਾਲੀ ਸਭ ਸੋਹਣਾ ਚੜ ਗਈ। ਕਿੰਨਾ ਕੁ ਨੁਕਸਾਨ ਹੋਇਆ ਕੋਈ ਜਾਨੀ? ਸਾਨੂੰ ਕੋਈ 8:30 ਵਜੇ ਦੀ ਗੱਲ ਹੋਈ ਸੀ, 8:30 ਵਜੇ ਪਤਾ ਲੱਗਿਆ ਕਿ ਬਾਹਰ ਝੁੱਗੀਆਂ ਨੂੰ ਜਿਹੜੀ ਅੱਗ ਲੱਗ ਗਈ ਹੈ। ਇਮੀਡੀਏਟਲੀ ਮੈਂ ਆਪਣੀ ਫੋਰਸ ਲੈ ਕੇ ਮੌਕੇ 'ਤੇ ਪਹੁੰਚਿਆ ਇੱਥੇ ਅਤੇ ਦੇਖਿਆ ਉਦੋਂ ਹਵਾ ਬਹੁਤ ਚੱਲਦੀ ਸੀਗੀ, ਉਹ ਦੇਖਦੇ ਦੇਖਦੇ ਸਾਡੇ ਅੱਗ ਜਿਹੜੀ ਆ ਪੂਰਾ ਸਾਰੀਆਂ ਝੌਂਪੜੀਆਂ ਨੂੰ ਲੱਗ ਗਈ, ਬਹੁਤ ਤੇਜ਼ੀ ਨਾਲ ਅੱਗ ਵੱਧ ਰਹੀ ਸੀਗੀ। ਲੇਕਿਨ ਇਹਦੇ ਵਿੱਚ ਇੰਨਾ ਜ਼ਰੂਰ ਆ ਵੀ ਸਾਰਿਆਂ ਨੂੰ ਅਸੀਂ ਸੇਵ ਕਰ ਲਿਆ, ਸਾਰੇ ਤਕਰੀਬ ਨੂੰ ਬਾਹਰ ਆ ਗਏ ਸੀਗੇ, ਕਿਸ ਤਰ੍ਹਾਂ ਦੀ ਕੋਈ ਕੈਜੂਅਲਟੀ ਨਹੀਂ ਹੋਈ ਹੈਗੀ। ਕਿੰਨੀਆਂ ਗੱਡੀਆਂ ਲੱਗੀਆਂ ਇੱਥੇ? ਹੋਣਗੀਆਂ ਮੇਰਾ ਖਿਆਲ 200 ਤੋਂ 250 ਦੇ ਵਿੱਚ ਹੋਣਗੀਆਂ ਝੁੱਗੀਆਂ ਜੀ। ਠੀਕ ਹੈ, ਕੈਜੂਅਲਟੀ ਸਾਨੂੰ ਕੋਈ ਕੈਜੂਅਲਟੀ ਨਹੀਂ ਹੈਗੀ। ਝੁੱਗੀਆਂ ਦਾ ਤਾਂ ਉਹਨਾਂ ਦੇ ਸਮਾਨ ਦਾ ਨੁਕਸਾਨ ਹੋਇਆ, ਬਾਕੀ ਕਿਸੇ ਹਿਊਮਨ ਬੀਂਗ ਦਾ ਕੋਈ ਨੁਕਸਾਨ ਨਹੀਂ ਹੋਇਆ ਇਹਦੇ ਵਿੱਚ।